ਗੁਰਪ੍ਰੀਤ ਸਿੰਘ, ਮੇਰਾ ਨਾ ਫੋਟੋਗ੍ਰਾਫੀ ਦੀ ਲਾਈਨ ਆ, ਆਪਾਂ ਪ੍ਰੀ ਵੈਡਿੰਗ ਸ਼ੂਟਸ 'ਤੇ ਜਾਂਦੇ ਹਾਂ, ਉੱਥੇ ਅੱਜ ਕੱਲ੍ਹ ਲੋਕ ਇਹ ਚੀਜ਼ਾਂ ਪਸੰਦ ਕਰਦੇ, ਫੋਟੋਆਂ ਖਿਚਾਉਂਦੇ ਆ ਪੁਰਾਣੇ ਸ਼ੂਟ ਦੇ। ਫਿਰ ਮੈਂ ਮਨ ਦੇ ਵਿੱਚ ਸੋਚਿਆ, ਮੇਰੇ ਕੋਲ ਪ੍ਰੋਪਰਟੀ ਪਈ ਸੀ, ਮੈਂ ਕਿਹਾ ਇੱਕ ਮੇਰੀ ਫੀਲਡ ਆ, ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਹਾਂ ਸਾਰਾ ਚੀਜ਼, ਮੈਂ ਛੋਟੇ ਹੁੰਦੇ ਜਾਂਦਾ ਰਿਹਾ ਪਿੰਡ ਸਾਡੇ, ਬੜਾ ਮਜ਼ਾ, ਇੱਕ ਆਨੰਦ ਜਿਹਾ ਆਉਂਦਾ ਹੁੰਦਾ ਸੀ। ਤਾਂ ਉਹ ਚੀਜ਼ ਮੈਂ ਸੋਚਿਆ, ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲੇ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ, ਪ੍ਰੋਪਰਟੀ ਪਈ, ਉਸ ਹਿਸਾਬ ਦਾ ਪਿੰਡ ਜਿਹਾ ਟਾਈਪ ਤਿਆਰ ਕਰ ਲਿਆ। ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ। ਹੁਣ ਸਾਡੇ ਕੋਈ ਆਂਢ ਗੁਆਂਢ ਕੋਈ ਆਉਂਦਾ, ਉਹ ਵੀ ਵੇਖਦਾ ਇਸ ਚੀਜ਼ ਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈਏ, ਸਾਡੇ ਲੱਗ ਨਾ ਇੱਕ ਚੀਜ਼ ਬਣੀ ਆ ਪਿੰਡ। ਉਹ ਜਦੋਂ ਆਉਂਦਾ ਉਹ ਵੇਖਦੇ ਆਉਂਦਾ, ਯਾਰ ਬੜਾ ਸੋਹਣਾ ਭਾਜੀ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ। ਮਤਲਬ ਇੱਕ ਹਵੇਲੀ ਬਣਾਈ ਹੋਈ ਆ, ਗਲੀਆਂ ਇਦਾਂ ਜਿੱਦਾਂ ਪਿੰਡ ਦੀਆਂ ਗਲੀਆਂ ਪੂਰੇ ਹੁੰਦੀਆਂ। ਉਹੀ ਮਤਲਬ ਟੇਸਟ ਮੈਨੂੰ ਚਾਹੁੰਦਾ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ, ਨਿੱਕੀਆਂ ਨਿੱਕੀਆਂ ਪਾਣੀ, ਉੱਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ, ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ, ਸਾਰਾ ਕੁਝ ਲਾਈਟਿੰਗ ਉਸ ਹਿਸਾਬ ਨਾਲ ਲਾਈ ਆ, ਸਵਿੱਚ ਉਸ ਹਿਸਾਬ ਨਾਲ ਪੁਰਾਣੇ ਮਾਡਲ ਦੇ ਲਾਏ ਆ, ਕਿ ਬੰਦਾ ਪੁੱਛੇ ਯਾਰ ਆ ਕੀ ਚੀਜ਼ ਆ। ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ, ਔਰ ਲਾਣੇ ਬੜੇ ਔਖੇ ਜੇ ਪਰਸਨ ਬਹੁਤ ਮਿਹਨਤ ਲੱਗੀ ਇਹਨਾਂ ਦੇ ਵੀ ਵੇਖਣ 'ਚ ਇਕੱਲਿਆਂ ਨੂੰ ਉਹ ਚੀਜ਼। ਫਿਰ ਪੂਰਾ ਪ੍ਰਾਮਾ ਮੈਂ ਸੋਚਿਆ ਜੋ ਹੈ ਕਿ ਪੂਰਾ ਪੁਰਾਣਾ ਪਿੰਡ ਹੀ ਬਣਾਉਣਾ, ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ, ਇਕੱਲੇ ਇਕੱਲੀਆਂ ਵੀ ਹਾਂ ਚੀਜ਼ ਵੀ ਵਾਕਈ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ। ਇਕੱਲੇ ਇਕੱਲੇ ਕਦੀ ਕਿਸੇ ਜਗ੍ਹਾ ਤੋਂ ਪੁੱਛਣਾ, ਕਦੀ ਕਿਸੇ ਤੋਂ ਪੁੱਛਣਾ, ਕਈਆਂ ਦੇ ਘਰਾਂ ਤੋਂ ਰਿਕੁਐਸਟ ਕਰਕੇ ਵੀ ਲੈ ਲਓ ਵੀ ਆਪਾਂ ਆਹ ਚੀਜ਼ ਤਿਆਰ ਕਰਨ ਲੱਗੇ ਹਾਂ, ਤੁਸੀਂ ਵੀ ਵੇਖਣ ਆਇਓ। ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣਗੀਆਂ। ਬਿਲਕੁਲ ਜੀ, ਬਿਲਕੁਲ ਸਾਰਾ ਇਦਾਂ ਹੀ ਹੋਇਆ ਜੀ। ਕਈ ਜੇ ਕਈਆਂ ਨੂੰ ਹੁਣ ਜੇ ਕਿਸੇ ਲੈ, ਕਈਆਂ ਤੇ ਉਦਾਂ ਹੀ ਦੇ ਦਿੰਦੇ, ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਇਸ ਚੀਜ਼ ਲਈ ਲਾਉਣੀ ਆ, ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਹੁਣ ਕਿ ਨਹੀਂ ਆਪਾਂ ਇੰਨੇ ਦੀ ਦੇਣੀ ਆ ਜੀ, ਇੰਨੇ ਦੀ ਦੇਣੀ ਆ, ਲੈਣੀ ਹੋਈ। ਬਿਲਕੁਲ ਜੀ, ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ, ਪੂਰਾ ਬੱਚਿਆਂ ਦੇ ਨਾਲ ਬਹੀਦਾ, ਕੇਲੇ ਬੱਚਿਆਂ ਨਾਲ ਖੇਡੀਦਾ, ਵੀ ਇੱਥੇ ਜਾ ਕੇ ਪੂਰਾ ਪਿੰਡ ਦਾ ਫੀਲ ਹੁੰਦਾ। ਹੁਣ ਮੇਰਾ ਲਾਗੇ ਘਰ ਆ, ਉਹ ਕੋਠੀ ਦੇ ਅੰਦਰ ਜਾਈਏ ਘਰ ਦੇ ਵਿੱਚ ਤੇ ਉਹ ਸਕੂਨ ਜਿਹਾ ਨਹੀਂ ਮਿਲਦਾ, ਘੁਟਣ ਜੀ ਹੁਣ ਐਂ ਲੱਗਦਾ ਜਿੱਦਾਂ ਘੁਟਣ ਘੁਟਣ ਜਿਹਾ ਲੱਗਦਾ, ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ, ਖੇਡਦੇ ਜੀ, ਸਾਰਾ ਕੁਝ ਵਧੀਆ। ਉਹੀ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਬਿਲਕੁਲ ਛੋਟੇ ਹੁੰਦੇ ਵੀ ਵੇਖਦੇ ਸੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਉਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ, ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ, ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬਾਅਦ, ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੜਸ ਰਹੇ ਪੁਰਾਣੀ, ਕਿ ਹਾਂ ਆਹ ਚੀਜ਼ਾਂ ਹੁੰਦੀਆਂ। ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ, ਜੇ ਆਪਾਂ ਸ਼ਹਿਰ 'ਚ ਆਏ ਹਾਂ ਪਿੰਡੋਂ, ਤੇ ਉਹ ਸ਼ਹਿਰੀ ਟਾਈਪ ਨਾਲ ਬਣ ਕੇ ਰਹਿ ਜਾਂਦੇ। ਗੁਰਪ੍ਰੀਤ ਸਿੰਘ, ਮੇਰਾ ਨਾ ਫੋਟੋਗ੍ਰਾਫੀ ਦੀ ਲਾਈਨ ਆ, ਆਪਾਂ ਪ੍ਰੀ ਵੈਡਿੰਗ ਸ਼ੂਟਸ 'ਤੇ ਜਾਂਦੇ ਹਾਂ, ਉੱਥੇ ਅੱਜ ਕੱਲ੍ਹ ਲੋਕ ਇਹ ਚੀਜ਼ਾਂ ਪਸੰਦ ਕਰਦੇ, ਫੋਟੋਆਂ ਖਿਚਾਉਂਦੇ ਆ ਪੁਰਾਣੇ ਸ਼ੂਟ ਦੇ। ਫਿਰ ਮੈਂ ਮਨ ਦੇ ਵਿੱਚ ਸੋਚਿਆ, ਮੇਰੇ ਕੋਲ ਪ੍ਰੋਪਰਟੀ ਪਈ ਸੀ, ਮੈਂ ਕਿਹਾ ਇੱਕ ਮੇਰੀ ਫੀਲਡ ਆ, ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਹਾਂ ਸਾਰਾ ਚੀਜ਼, ਮੈਂ ਛੋਟੇ ਹੁੰਦੇ ਜਾਂਦਾ ਰਿਹਾ ਪਿੰਡ ਸਾਡੇ, ਬੜਾ ਮਜ਼ਾ, ਇੱਕ ਆਨੰਦ ਜਿਹਾ ਆਉਂਦਾ ਹੁੰਦਾ ਸੀ। ਤਾਂ ਉਹ ਚੀਜ਼ ਮੈਂ ਸੋਚਿਆ, ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲੇ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ, ਪ੍ਰੋਪਰਟੀ ਪਈ, ਉਸ ਹਿਸਾਬ ਦਾ ਪਿੰਡ ਜਿਹਾ ਟਾਈਪ ਤਿਆਰ ਕਰ ਲਿਆ। ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ। ਹੁਣ ਸਾਡੇ ਕੋਈ ਆਂਢ ਗੁਆਂਢ ਕੋਈ ਆਉਂਦਾ, ਉਹ ਵੀ ਵੇਖਦਾ ਇਸ ਚੀਜ਼ ਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈਏ, ਸਾਡੇ ਲੱਗ ਨਾ ਇੱਕ ਚੀਜ਼ ਬਣੀ ਆ ਪਿੰਡ। ਉਹ ਜਦੋਂ ਆਉਂਦਾ ਉਹ ਵੇਖਦੇ ਆਉਂਦਾ, ਯਾਰ ਬੜਾ ਸੋਹਣਾ ਭਾਜੀ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ। ਮਤਲਬ ਇੱਕ ਹਵੇਲੀ ਬਣਾਈ ਹੋਈ ਆ, ਗਲੀਆਂ ਇਦਾਂ ਜਿੱਦਾਂ ਪਿੰਡ ਦੀਆਂ ਗਲੀਆਂ ਪੂਰੇ ਉਹੀ ਮਤਲਬ ਟੇਸਟ ਮੈਨੂੰ ਚਾਹੁੰਦਾ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ, ਨਿੱਕੀਆਂ ਨਿੱਕੀਆਂ ਪਾਣੀ, ਉੱਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ, ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ, ਸਾਰਾ ਕੁਝ ਲਾਈਟਿੰਗ ਉਸ ਹਿਸਾਬ ਨਾਲ ਲਾਈ ਆ, ਸਵਿੱਚ ਉਸ ਹਿਸਾਬ ਨਾਲ ਪੁਰਾਣੇ ਮਾਡਲ ਦੇ ਲਾਏ ਆ, ਕਿ ਬੰਦਾ ਪੁੱਛੇ ਯਾਰ ਆ ਕੀ ਚੀਜ਼ ਆ। ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ, ਔਰ ਲਾਣੇ ਬੜੇ ਔਖੇ ਜੇ ਪਰਸਨ ਬਹੁਤ ਮਿਹਨਤ ਲੱਗੀ ਇਹਨਾਂ ਦੇ ਵੀ ਵੇਖਣ 'ਚ ਇਕੱਲਿਆਂ ਨੂੰ ਉਹ ਚੀਜ਼। ਫਿਰ ਪੂਰਾ ਪ੍ਰਾਮਾ ਮੈਂ ਸੋਚਿਆ ਜੋ ਹੈ ਕਿ ਪੂਰਾ ਪੁਰਾਣਾ ਪਿੰਡ ਹੀ ਬਣਾਉਣਾ, ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ, ਇਕੱਲੇ ਇਕੱਲੀਆਂ ਵੀ ਹਾਂ ਚੀਜ਼ ਵੀ ਵਾਕਈ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ। ਇਕੱਲੇ ਇਕੱਲੇ ਕਦੀ ਕਿਸੇ ਜਗ੍ਹਾ ਤੋਂ ਪੁੱਛਣਾ, ਕਦੀ ਕਿਸੇ ਤੋਂ ਪੁੱਛਣਾ, ਕਈਆਂ ਦੇ ਘਰਾਂ ਤੋਂ ਰਿਕੁਐਸਟ ਕਰਕੇ ਵੀ ਲੈ ਲਓ ਵੀ ਆਪਾਂ ਆਹ ਚੀਜ਼ ਤਿਆਰ ਕਰਨ ਲੱਗੇ ਹਾਂ, ਤੁਸੀਂ ਵੀ ਵੇਖਣ ਆਇਓ। ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣਗੀਆਂ। ਬਿਲਕੁਲ ਜੀ, ਬਿਲਕੁਲ ਸਾਰਾ ਇਦਾਂ ਹੀ ਹੋਇਆ ਜੀ। ਕਈ ਜੇ ਕਈਆਂ ਨੂੰ ਹੁਣ ਜੇ ਕਿਸੇ ਲੈ, ਕਈਆਂ ਤੇ ਉਦਾਂ ਹੀ ਦੇ ਦਿੰਦੇ, ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਇਸ ਚੀਜ਼ ਲਈ ਲਾਉਣੀ ਆ, ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਹੁਣ।
ਕਿ ਨਹੀਂ ਆਪਾਂ ਇੰਨੇ ਦੀ ਦੇਣੀ ਹੈ ਜੀ, ਇੰਨੇ ਦੀ ਦੇਣੀ ਹੈ, ਲੈਣੀ ਹੋਈ ਮਨ ਨੂੰ ਤਸੱਲੀ ਜੀ ਹੁੰਦੀ ਹੈ ਜਦੋਂ ਬਿਲਕੁਲ ਜੀ ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ, ਪੂਰਾ ਬੱਚਿਆਂ ਦੇ ਨਾਲ ਬਹੀਦਾ, ਕੇਲੇ ਬੱਚਿਆਂ ਨਾਲ ਖੇਡੀਦਾ ਵੀ, ਇੱਥੇ ਜਾ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲਾਗੇ ਘਰ ਆ। ਉਹ ਕੋਠੀ ਦੇ ਅੰਦਰ ਜਾਈਏ ਘਰਦਿਆਂ ਦੇ ਵਿੱਚ ਅਤੇ ਉਹ ਸਕੂਨ ਜਿਹਾ ਨਹੀਂ ਮਿਲਦਾ, ਘੁਟਣ ਜੀ ਹੁਣ ਐਂ ਲੱਗਦਾ ਜਿੱਦਾਂ ਘੁਟਣ ਜਿਹਾ ਲੱਗਦਾ, ਅਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ, ਖੇਡਦੇ ਆ ਜੀ, ਸਾਰਾ ਕੁਛ ਵਧੀਆ। ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਬਿਲਕੁਲ ਛੋਟੇ ਹੁੰਦੇ ਵੀ ਵੇਖਦੇ ਬਿਲਕੁਲ ਜੀ ਜਾਣਾ ਤੇ ਬਿਲਕੁਲ ਜੀ ਉਹੀ ਚੀਜ਼ ਮੈਂ ਦੇਖਦਾ ਹੁੰਦਾ ਸੀ, ਜਾ ਕੇ ਸਾਡੇ ਪਿੰਡ ਆਪਾਂ ਜਾਣਾ, ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ, ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬਚ ਕੇ, ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੜਸ ਰਹੇ ਪੁਰਾਣੀ, ਕਿ ਹਾਂ ਆਹ ਚੀਜ਼ਾਂ ਹੁੰਦੀਆਂ। ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ, ਜੇ ਆਪਾਂ ਸ਼ਹਿਰ 'ਚ ਆਏ ਹਾਂ ਪਿੰਡੋਂ ਤਾਂ ਉਹ ਸ਼ਹਿਰੀ ਟਾਈਪ ਨਾਲ ਬਣ ਕੇ ਰਹਿ ਜਾਂਦੇ।